ਬਹੁਤ ਹੀ ਪਿਆਰੇ ਬੱਚਿਓ ਅੱਜ ਆਪਾਂ ਆਧੁਨਿਕ ਪੰਜਾਬੀ ਕਾਵ ਚਲਕਾਂ ਦੇ ਇਤਿਹਾਸ ਪੁਸਤਕ ਦੇ ਵਿੱਚ ਦਰਜ ਡਾਕਟਰ ਹਰਪਾਜਨ ਸਿੰਘ ਜੀ ਦੀ ਕਵਿਤਾ ਕਿੱਥੇ ਗਈਆਂ ਭੈਣਾ ਉਹ ਪੜਾਂਗੇ ਪਰ ਉਸ ਤੋਂ ਪਹਿਲਾਂ ਮੈਂ ਡਾਕਟਰ ਹਰਪਾਜਨ ਜੀ ਦੇ ਬਾਰੇ ਤੁਹਾਨੂੰ ਜ਼ਰੂਰ ਜਾਣਕਾਰੀ ਦੇਵਾਂਗੀ ਬੱਚਿਓ ਕਿਉਂਕਿ ਆਪਾਂ ਨੂੰ ਕਵੀ ਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ ਇਹ ਸਾਰੀ ਜ਼ਿੰਦਗੀ ਤੁਹਾਡੇ ਕੰਮ ਆਵੇਗੀ ਡਾਕਟਰ ਹਰਪਜਨ ਸਿੰਘ ਪੰਜਾਬੀ ਸਾਹਿਤ ਦੇ ਸ਼੍ਰੇਸ਼ਟ ਆਲੋਚਕ ਤੇ ਆਧੁਨਿਕ ਚੇਤਨਾ ਦੇ ਕਵੀ ਸਨ। ਆਪਨੇ ਮਨੁੱਖ ਦੀਆਂ ਅੰਤਰਮੁਖੀ ਅਤੇ ਬਾਹਰਮੁਖੀ ਸਮੱਸਿਆਵਾਂ ਨੂੰ ਤੁਰ ਡੁੰਗਾਈ ਤੱਕ ਜਾ ਕੇ ਚਿਤਰਿਆ ਹੈ। ਆਪ ਦਾ ਜਨਮ 18 ਅਗਸਤ 1920 ਈਸਵੀ ਨੂੰ ਲੰਢਿੰਗ ਅਸਾਮ ਵਿੱਚ ਹੋਇਆ। ਆਪਨੇ ਹਿੰਦੀ ਅਤੇ ਅੰਗਰੇਜ਼ੀ ਸਾਹਿਤ ਦਾ ਡੂੰਘਾ ਧਿਆਨ ਕੀਤਾ ਅਤੇ ਦੋਹਾਂ ਵਿਸ਼ਿਆਂ ਵਿੱਚ ਐਮਏ ਕਰਕੇ ਪੁਰ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਵਿੱਚ ਲੰਬੇ ਸਮੇਂ ਤੱਕ ਲੈਕਚਰਾਰ ਲੱਗੇ ਰਹੇ ਕਾਫੀ ਸਮੇਂ ਤੱਕ ਆਪ ਦਿੱਲੀ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਵਿਭਾਗ ਦੇ ਅਧਿਆਕਸ਼ ਪਦ ਉੱਤੇ ਲੱਗੇ ਰਹੇ ਆਪ ਨੂੰ ਆਪ ਦੀ ਰਚਨਾ ਤੇ ਸਾਤ ਅਕੈਡਮੀ ਅਵਾਰਡ ਪੰਜਾਬ ਸਟੇਟ ਇਨਾਮ ਪੰਜਾਬ ਸਰਕਾਰ ਸ਼੍ਰੋਮਣੀ ਅਵਾਰਡ ਗਿਆਨਪੀਠ ਸਨਮਾਨ ਕਬੀਰ ਸਨਮਾਨ ਅਤੇ ਹੋਰ ਅਨੇਕਾ ਮਾਨ ਸਨਮਾਨ ਮਿਲੇ ਡਾਕਟਰ ਹਰਪਰਜਨ ਸਿੰਘ ਦੇ ਪਹਿਲੇ ਕਾਵ ਸੰਗ੍ਰਹਿ ਵਿੱਚੋਂ ਪਾਪ ਪ੍ਰਧਾਨ ਸ਼ੈਲੀ ਦਾ ਰੰਗ ਵਧੇਰੇ ਹੈ ਪਰ ਮੁੱਖ ਤੌਰ ਤੇ ਆਪ ਨੇ ਬৌਧਿਕ ਰੰਗਣੀ ਵਾਲੀ ਜੋ ਕਵਤਾਏ ਉਹ ਲਿਖਦੇ ਰਹੇ ਉਹ ਲਿਖੀ ਆਪ ਨੇ ਜੀਵਨ ਦੀ ਨਿਰਾਸ਼ਤਾ ਕਰਮਹੀਣਤਾ ਸਮਾਜਿਕ ਮਨੋਵਿਗਿਆਨਿਕ ਪ੍ਰਸਥਿਤੀਆਂ ਅਤੇ ਪਾਵਾਂ ਦੀ ਸੂਖਮਤਾ ਅਤੇ ਗਹਿਰਾਈ ਨੂੰ ਬਰੀਕੀ ਨਾਲ ਚਿਤਰਿਆ ਹੈ ਅਥਲੀਪਾਡ ਪੁਸਤਕ ਵਿੱਚ ਆਪ ਦੀ ਕਵਿਤਾ ਕਿੱਥੇ ਗਈਆਂ ਭੈਣਾ ਸ਼ਾਮਲ ਕੀਤੀ ਗਈ ਹੈ ਇਸ ਕਵਿਤਾ ਵਿੱਚ ਕਵੀ ਨੇ ਵਰਤਮਾਨ ਸਮੇਂ ਵਿੱਚ ਰਿਸ਼ਤਿਆਂ ਦੇ ਖਵਾਚ ਰਹੀ ਪਵਿੱਤਰਤਾ ਤੇ ਅਜੋਕੇ ਮਾਨਵੀ ਵਿਹਾਰਾਂ ਉਤੇ ਦੁੱਖ ਪ੍ਰਗਟ ਕੀਤਾ ਹੈ ਸੋ ਬੱਚਿਓ ਵਾਕਈ ਹੁਣ ਉਹ ਰਿਸ਼ਤੇ ਨਹੀਂ ਰਹੇ ਜੋ ਪਹਿਲਾਂ ਸਨ ਤੇ ਹੁਣ ਆਪਾਂ ਇੱਕ ਵਾਰੀ ਪ੍ਰਸੰਗ ਕਰ ਲਈਏ ਕਿ ਇਹ ਕਾਵ ਟੁਟਾ ਆਧੁਨਿਕ ਪੰਜਾਬੀ ਕਾਵ ਚਲਕਾ ਦੇ ਇਤਿਹਾਸ ਪੁਸਤਕ ਵਿੱਚ ਦਰਜ ਡਾਕਟਰ ਹਰਪਜਨ ਸਿੰਘ ਜੀ ਦੀ ਕਵਿਤਾ ਕਿੱਥੇ ਗਈਆਂ ਪੈਣਾ ਵਿੱਚੋਂ ਲਿਆ ਗਿਆ ਹੈ ਇਸ ਕਵਿਤਾ ਵਿੱਚ ਕਵੀ ਨੇ ਅਖੌਤੀ ਵਿਕਸਿਤ ਸਭਿਅਤਾ ਦੇ ਦੌਰ ਵਿੱਚ ਰਿਸ਼ਤਿਆਂ ਦੀ ਪਵਿੱਤਰਤਾ ਦੇ ਗਵਾਚ ਜਾਣ ਤੇ ਨਿਘਾਰ ਵੱਲ ਜਾ ਰਹੇ ਮਨੁੱਖੀ ਵਿਹਾਰਾਂ ਨੂੰ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਇਆ ਹੈ ਅਖੌਤੀ ਸਭਿਅਤਾ ਮਤਲਬ ਜਿਹੜੀ ਅੱਜ ਕੱਲ ਸਭਿਅਤਾ ਚੱਲ ਰਹੀ ਹੈ ਪਤਾ ਨਹੀਂ ਕਿਹੜੀ ਚੱਲ ਰਹੀ ਹੈ ਬੱਚੋ ਪਰ ਜੋ ਆਪਣੀ ਪੰਜਾਬੀ ਸੱਭਿਆਚਾਰ ਸੀ ਸਭਿਅਤਾ ਸੀ ਉਸ ਵਿੱਚ ਰਿਸ਼ਤਿਆਂ ਦੀ ਬਹੁਤ ਕਦਰ ਸੀ ਲੋਕ ਜਿਹੜੇ ਬੱਚੇ ਹੁੰਦੇ ਸਨ ਬੱਚੇ ਸ਼ਰਮ ਮਹਿਸੂਸ ਕਰਦੇ ਹੁੰਦੇ ਸਨ ਆਪਣੇ ਮਾਪੇਾਂ ਇੰਦਾ ਕਰਦੇ ਸਨ ਉਸ ਪੂਰੇ ਮਹੱਲੇ ਦੀ ਵੀ ਕਰਦੇ ਸਨ ਪੂਰੇ ਦੇ ਪੂਰੇ ਪਿੰਡ ਤੋਂ ਵਿਉਹ ਡਰਦੇ ਸਨ ਛੇ ਜਿਸ ਕਿਸੇ ਸਾਨੂੰ ਬੱਚੇ ਡਰਨੀ ਹੁੰਦਾ ਉਹ ਅਸਲ ਦੇ ਵਿੱਚ ਇੱਜ਼ਤ ਹੁੰਦੀ ਹੈ ਉਹ ਇੱਜ਼ਤ ਕਰਦੇ ਸਨ ਹਰ ਕਿਸੇ ਦੀ ਪਰ ਹੁਣ ਹੌਲੀ 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 ਰਿਸ਼ਤੇ ਨੇ ਜੋ ਖਤਮ ਹੁੰਦੇ ਜਾ ਰਹੇ ਨੇ ਹੁਣ ਆਪਾਂ ਨੂੰ ਬਹੁਤ ਕਰੀਬੀ ਰਿਸ਼ਤਿਆਂ ਦਾ ਹੀ ਪਤਾ ਹੈ ਨਹੀਂ ਪਤਾ ਵੀ ਦੂਰ ਦੀ ਰਿਸ਼ਤੇਦਾਰੀ ਕੀ ਹੈ ਖਤਮ ਹੁੰਦਾ ਜਾ ਰਿਹਾ ਸਮੇਂ ਦੇ ਨਾਲ ਪਰ ਇਹ ਨਹੀਂ ਹੋਣਾ ਚਾਹੀਦਾ ਇਹਨੂੰ ਕੌਣ ਰੱਖ ਸਕਦਾ ਹਲੇ ਵੀ ਤੁਸੀਂ ਇਸ ਨੂੰ ਰੱਖ ਸਕਦੇ ਹੋ ਠੀਕ ਹੈ ਸੋ ਆਪਣੇ ਰਿਸ਼ਤਿਆਂ ਦੀ ਕਦਰ ਕਰਿਆ ਕਰੋ ਆਪਣੇ ਪੰਜਾਬੀ ਸੱਭਿਆਚਾਰ ਦੀ ਕਦਰ ਕਰਿਆ ਕਰੋ ਬੱਚਿਓ ਤੇ ਹੁਣ ਆਪਾਂ ਵਿਆਖਿਆ ਕਰਦੇ ਹਾਂ ਕਿੱਥੇ ਗਈਆਂ ਭੈਣਾ ਤੇ ਕਿੱਥੇ ਗਈਆਂ ਮਾਵਾ ਥਣ ਵਿੱਚ ਸਸੀਆਂ ਚੱਲ ਵਿੱਚ ਹੀਰਾ ਸੋਹਣੀਆਂ ਪਈਆਂ ਵਿੱਚ ਦਰਿਆਵਾ ਕਵੀ ਹੈਰਾਨ ਹੋਇਆ ਪੁੱਛਦਾ ਹੈ ਕਿ ਅੱਜ ਭੈਣਾਂ ਦਾ ਰਿਸ਼ਤਾ ਕਿੱਥੇ ਚਲਾ ਗਿਆ ਹੈ ਅੱਜ ਮਾਵਾਂ ਦਾ ਪਵਿੱਤਰ ਰਿਸ਼ਤਾ ਵੀ ਕਿਦਰੇ ਦਿਖਾਈ ਨਹੀਂ ਦਿੰਦਾ ਕਦੇ ਇਸਤਰੀਆਂ ਲਈ ਮਾਵਾਂ ਭੈਣਾਂ ਦਾ ਸ਼ਬਦ ਹੀ ਵਰਤਿਆ ਜਾਂਦਾ ਸੀ ਤੇ ਉਹਨਾਂ ਨੂੰ ਮਾਵਾਂ ਭੈਣਾਂ ਹੀ ਸਮਝਿਆ ਜਾਂਦਾ ਸੀ ਪਰ ਅੱਜ ਇਹਨਾਂ ਰਿਸ਼ਤਿਆਂ ਦੀ ਵਰਤੋਂ ਤੇ ਵਿਹਾਰ ਕਿਦਰੇ ਵੀ ਨਹੀਂ ਦਿਸਦਾ ਅੱਜ ਤਾਂ ਪ੍ਰੇਮਿਕਾ ਦਾ ਸੁੱਚਾ ਰਿਸ਼ਤਾ ਵੀ ਕਿਦਰੇ ਨਹੀਂ ਦਿਸਦਾ ਅੱਜ ਤਾਂ ਸੱਸੀਆਂ ਕਿਦਰੇ ਮਾਰੂਥਲ ਵਿੱਚ ਮਰਮੁਕ ਗਈਆਂ ਹਨ ਹੀਰਾ ਚੱਲ ਵਿੱਚ ਗਵਾਚ ਗਈਆਂ ਹਨ ਤੇ ਸੋਨੀਆਂ ਦਰਿਆਵਾਂ ਵਿੱਚ ਡੁੱਬ ਕੇ ਮਰ ਗਈਆਂ ਜਾਪਦੀਆਂ ਹਨ ਅੱਜ ਇਹ ਪਵਿੱਤਰ ਰਿਸ਼ਤੇ ਕਿਧਰੇ ਨਹੀਂ ਦਿਸਦੇ ਕਿੱਥੇ ਗਈਆਂ ਗਲੀਆਂ ਉਹ ਭਲੀਆਂ ਭਲੀਆਂ ਜਿਸ ਘਰ ਚਾਹਾਂ ਆਵਾ ਜਾਵਾ ਹਰ ਇੱਕ ਘਰ ਦੀ ਖਾਸ ਨਿਸ਼ਾਨੀ ਹਰ ਇੱਕ ਜੀ ਦਾ ਆਪਣਾ ਨਾਵਾ ਉਹ ਬਹੁਤ ਹੈਰਾਨ ਹੋ ਕੇ ਪੁੱਛ ਰਹੇ ਨੇ ਕਿ ਕਿੱਥੇ ਗਏ ਉਹ ਸਮੇਂ ਠੀਕ ਹੈ ਜਿੱਥੇ ਮਾਵਾ ਪੈਣਾ ਨਾਲ ਭਰੀਆਂ ਪਲੀਆਂ-ਪਲੀਆਂ ਗਲੀਆਂ ਕਿੱਥੇ ਚਲੀਆਂ ਗਈਆਂ ਉਸ ਸਮੇਂ ਵਿੱਚ ਜਿਸ ਘਰ ਵਿੱਚ ਵਿਚੌਂਦੇ ਸਨ ਜਾ ਸਕਦੇ ਸਨ ਕੋਈ ਵੀ ਜਾ ਸਕਦਾ ਸੀ ਖੁੱਲੇ ਦਰ ਹੁੰਦੇ ਸਨ ਉਸ ਸਮੇਂ ਹਰ ਘਰ ਦੀ ਇਸਤਰੀ ਨਾਲ ਉਸ ਦਾ ਸੁੱਚਾ ਤੇ ਪਰਵਾਨਿਤ ਸਮਾਜਿਕ ਰਿਸ਼ਤਾ ਜੁੜਿਆ ਹੁੰਦਾ ਸੀ ਤੇ ਇਹ ਉਸ ਦੇ ਨਾਲ ਰਿਸ਼ਤੇ ਦੀ ਪੱਕੀ ਨਿਸ਼ਾਨੀ ਹੁੰਦੀ ਸੀ। ਕਈ ਰਿਸ਼ਤੇ ਉਮਰ ਦੇ ਹਿਸਾਬ ਦੇ ਨਾਲ ਕਈ ਸਮਾਜਿਕ ਸਬੰਧਾਂ ਕਰਕੇ ਹੁੰਦੇ ਸਨ। ਫਿਰ ਉਹ ਕਿੱਥੇ ਚਲੇ ਗਏ ਪਤਾ ਨਹੀਂ ਕਿੱਥੇ ਗਵਾਚ ਗਏ। ਉਹ ਜਿਸ ਕੋਲ ਵੀ ਜਾਣਾ ਆਉਣਾ ਚਾਹੁੰਦੇ ਸਨ ਨੇ ਸੰਗ ਜਾ ਸਕਦੇ ਸਨ ਪਰੰਤੂ ਅੱਜ ਦੇ ਰਿਸ਼ਤਿਆਂ ਦੀ ਅਹਿਮੀਅਤ ਹੈ ਜੋ ਖਤਮ ਹੁੰਦੀ ਜਾ ਰਹੀ ਹੈ। ਹੁਣ ਤਾਂ ਇੱਕੋ ਜਿਹੇ ਕੰਦਾ ਪਤਾ ਨਾ ਕਿਹੜੇ ਨੋ ਬੁਲਾਵਾ ਪਹਿਣਾ ਕਹਾਂ ਤਾਂ ਦੱਸਣਾ ਪੈਂਦਾ ਆਪਣੀ ਨੀਅਤ ਦਾ ਸਰਨਾਵਾ ਸਭ ਜੱਗ ਹੋਇਆ ਮਰਦ ਜਨਾਨੀ ਬਾਕੀ ਸਭ ਛਾਵਾ ਪਰਛਾਵਾ ਕਿੱਥੇ ਗਈਆਂ ਪਹਿਣਾ ਕਿੱਥੇ ਗਈਆਂ ਮਾਵਾਂ ਕਵੀ ਕਹਿੰਦਾ ਹੈ ਕਿ ਅੱਜ ਦੇ ਯੁੱਗ ਵਿੱਚ ਸਭ ਇਸਤਰੀਆਂ ਇੱਕੋ ਜੀਆਂ ਬਣ ਗਈਆਂ ਹਨ ਉਸ ਨੂੰ ਸਮਝ ਨਹੀਂ ਆਉਂਦਾ ਕਿ ਉਹ ਕਿਸ ਨੂੰ ਕੀ ਕਹਿ ਕੇ ਬੁਲਾਵੇ ਇਥੋਂ ਤੱਕ ਜੇਕਰ ਉਹ ਭੈਣ ਕਹਿ ਕੇ ਬੁਲਾਵੇ ਤਾਂ ਵੀ ਦੱਸਣਾ ਪੈਂਦਾ ਹੈ ਕਿ ਉਸਦੀ ਅਸਲ ਨੀਅਤ ਕੀ ਹੈ ਕੋਈ ਉਸਦੇ ਭੈਣ ਕਹਿਣ ਉੱਤੇ ਇਤਬਾਰ ਨਹੀਂ ਕਰਦਾ ਕਿਉਂਕਿ ਇਸ ਸ਼ਬਦ ਦੀ ਦੁਰਵਰਤੋਂ ਹੋਣ ਲੱਗ ਪਈ ਹੈ ਅੱਜ ਤਾਂ ਸਾਰਾ ਜ਼ਮਾਨਾ ਮਰਦ ਤੇ ਜਨਾਨੀ ਦੇ ਸਬੰਧਾਂ ਵਿੱਚ ਵਟ ਗਿਆ ਜਾਪਦਾ ਹੈ ਤੇ ਬਾਕੀ ਮਾਮਾ ਭੈਣਾ ਤੇ ਪ੍ਰੇਮਕਾਵਾਂ ਦੇ ਸਭ ਰਿਸ਼ਤੇ ਪਰਛਾਵਿਆਂ ਵਾਂਗ ਅਸਥਿਰ ਹੋ ਗਏ ਹਨ ਅੱਜ ਉਸ ਨੂੰ ਇੰਨਾ ਸੱਚੇ ਤੇ ਪਵਿੱਤਰ ਰਿਸ਼ਤਿਆਂ ਦੇ ਖਵਾਚਣ ਦਾ ਬਹੁਤ ਦੁੱਖ ਹੈ। ਅੱਜ ਉਹ ਮਾਵਾਂ ਭੈਣਾਂ ਨੂੰ ਲੱਭ ਰਿਹਾ ਹੈ ਤੇ ਪਤਾ ਨਹੀਂ ਲੱਗਦਾ ਕਿ ਉਹ ਕਿੱਥੇ ਚਲੀਆਂ ਗਈਆਂ ਹਨ। ਬਾਕੀ ਬੱਚੋ ਰਿਸ਼ਤਿਆਂ ਦੇ ਵਿੱਚ ਬਹੁਤ ਤਬਦੀਲੀ ਆ ਗਈ ਹੈ ਜੋ ਕਿ ਖਤਰਨਾਕ ਹੈ ਇਸ ਨੂੰ ਰੋਕਣਾ ਚਾਹੀਦਾ ਹੈ ਠੀਕ ਹੈ ਹੁਣ ਆਪਾਂ ਕੇਂਦਰੀ ਭਾਵ ਕਿੱਦਾਂ ਕਰਾਂਗੇ ਕਿੱਥੇ ਗਈਆਂ ਭੈਣਾਂ ਕਵਿਤਾ ਡਾਕਟਰ ਹਰਪਾਜਨ ਸਿੰਘ ਜੀ ਦੀ ਲਿਖੀ ਹੋਈ ਰਚਨਾ ਹੈ। ਇਸ ਕਵਿਤਾ ਵਿੱਚ ਕਵੀ ਨੇ ਅਜੋਕੇ ਅਖੌਤੀ ਵਿਕਸਿਤ ਸਭਿਅਤਾ ਦੇ ਦੌਰ ਵਿੱਚ ਰਿਸ਼ਤਿਆਂ ਦੀ ਪਵਿੱਤਰਤਾ ਤੇ ਗਵਾਚ ਜਾਣ ਦੇ ਨਿਖਾਰ ਵੱਲ ਜਾ ਰਹੀ ਮਨੁੱਖੀ ਵਿਹਾਰ ਨੂੰ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਇਆ ਹੈ। ਕਵੀ ਇਸ ਗੱਲ ਤੋਂ ਬਹੁਤ ਹੈਰਾਨ ਹੈ ਕਿ ਅੱਜ ਇਸਤਰੀਆਂ ਨਾਲ ਮਾਵਾ ਪੈਣਾ ਤੇ ਪ੍ਰੇਮਿਕਾ ਦੇ ਰਿਸ਼ਤੇ ਕਿੱਥੇ ਗਵਾਚ ਗਏ ਹਨ। ਕਦੇ ਬਰਾਬਰ ਦੀ ਉਮਰ ਦੀਆਂ ਇਸਤਰੀਆਂ ਲਈ ਪੈਣਾ ਤੇ ਵੱਡੀ ਉਮਰ ਦੀਆਂ ਇਸਤਰੀਆਂ ਲਈ ਮਾ ਸ਼ਬਦ ਵਰਤਿਆ ਜਾਂਦਾ ਸੀ। ਤੇ ਸਾਰਾ ਸਮਾਜ ਇੰਨਾ ਪਵਿੱਤਰ ਰਿਸ਼ਤਿਆਂ ਵਿੱਚ ਪੱਜਾ ਹੁੰਦਾ ਸੀ ਅੱਜ ਕਿਦਰੇ ਸੱਸੀ ਸੋਨੀ ਜਾਂ ਹੀਰ ਵਰਗੀ ਜਾਨ ਕੁਰਬਾਨ ਕਰਨ ਵਾਲੀ ਪ੍ਰੇਮਿਕਾ ਵੀ ਨਹੀਂ ਦਿਸਦੀ ਅੱਜ ਤਾਂ ਐਨੀ ਉਲਝਣ ਹੋ ਗਈ ਹੈ ਕਿ ਇਸਤਰੀਆਂ ਦੀ ਪਛਾਣ ਕਰਨੀ ਵੀ ਔਖੀ ਹੈ ਕਿ ਕਿਸ ਨੂੰ ਮਾਂ ਕਹਾਂ ਤੇ ਕਿਸ ਨੂੰ ਭੈਣ ਸਭ ਇੱਕੋ ਜੀਆਂ ਸਜੀਆਂ ਫੱਬੀਆਂ ਹਨ ਅੱਜ ਤਾਂ ਕਿਸੇ ਨੂੰ ਭੈਣ ਕਹਿਣ ਸਮੇਂ ਦੱਸਣਾ ਪੈਂਦਾ ਹੈ ਕਿ ਉਸ ਦੇ ਭੈਣ ਕਹਿਣ ਪਿੱਛੇ ਉਸ ਦਾ ਮਕਸਦ ਕੀ ਹੈ ਅਸਲ ਵਿੱਚ ਅੱਜ ਸੁਚੱਜਾ ਜੋ ਸਮਾਜ ਹੈ ਉਹ ਬਦਲ ਚੁੱਕਾ ਹੈ ਮਰਦ ਜਨਾਨੀ ਦੇ ਸਬੰਧ ਜੋ ਉਹ ਵੀ ਵਟ ਚੁੱਕੇ ਹਨ ਬਾਕੀ ਮਾਂ ਭੈਣ ਤੇ ਪ੍ਰੇਮਿਕਾ ਦੇ ਸੁੱਚੇ ਤੇ ਪਵਿੱਤਰ ਰਿਸ਼ਤੇ ਪਰਛਾਵਿਆਂ ਵਰਗੇ ਅਸਥਿਰ ਹੋ ਚੁੱਕੇ ਹਨ ਅੱਜ ਮਾਂ ਭੈਣ ਦਾ ਰਿਸ਼ਤਾ ਲੱਭਣਾ ਹੀ ਔਖਾ ਹੋ ਗਿਆ ਹੈ ਡਿਪਰੈਸ਼ਨ ਉੱਤੇ ਬੱਚੋ ਡਾਕਟਰ ਹਰਪਜਨ ਸਿੰਘ ਜੀ ਦੀ ਕਿਹੜੀ ਕਵਤਾ ਹੈ ਕਿੱਥੇ ਗਈਆਂ ਭੈਣਾ ਕਿੱਥੇ ਗਈਆਂ ਭੈਣਾ ਕਵਤਾ ਵਿੱਚ ਕਥਾਵਾਂ ਦੀਆਂ ਕਿਹੜੀਆਂ-ਕਿਹੜੀਆਂ ਨਾਇਕਾਵਾਂ ਦਾ ਜ਼ਿਕਰ ਆਇਆ ਸੱਸੀ ਹੀਰ ਤੇ ਸੋਨੀ ਕਿੱਥੇ ਗਈਆਂ ਭੈਣਾ ਕਵਿਤਾ ਅਨੁਸਾਰ ਹੁਣ ਰਿਸ਼ਤਿਆਂ ਨੂੰ ਕਿਵੇਂ ਦੇਖਿਆ ਜਾਂਦਾ ਹੈ ਸ਼ੱਕ ਦੀ ਨਜ਼ਰ ਨਾਲ ਕੀ ਹੁਣ ਸੱਚਮੁੱਚ ਮਾਵਾ ਭੈਣਾ ਤੇ ਸੁੱਚੇ ਰਿਸ਼ਤੇ ਖਵਾਚ ਗਏ ਹਨ ਹਾਂ ਸਮਾਂ ਬਹੁਤ ਬਦਲ ਗਿਆ ਹੈ ਬੱਚਿਓ ਰਿਸ਼ਤਿਆਂ ਦੀ ਕਦਰ ਸਾਨੂੰ ਕਰਨੀ ਚਾਹੀਦੀ ਹੈ ਤੇ ਮੈਨੂੰ ਉਮੀਦ ਹੈ ਵੀ ਰਿਸ਼ਤਿਆਂ ਦੀ ਕਦਰ ਤੁਸੀਂ ਕਰੋਗੇ ਕਿਉਂਕਿ ਅਗਰ ਤੁਸੀਂ ਕਰੋਗੇ ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਵਰਗੀਆਂ ਹੋਣਗੀਆਂ ਬੱਚਿਓ ਨਹੀਂ ਤਾਂ ਆਪਣਾ ਸੱਭਿਆਚਾਰਾ ਜੋ ਖਤਮ ਹੋ ਜਾ ਰਿਹਾ ਠੀਕ ਹੈ ਆਪਾਂ ਖਤਮ ਨਹੀਂ ਹੋਣ ਦੇਣਾ ਇਸ ਨੂੰ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚੋ